ਪਿਛਲੀਆਂ ਸਰਕਾਰਾਂ ਤੇ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਨਸ਼ਿਆਂ ਤੇ ਨਸ਼ਿਆਂ ਦੀ ਤਸਕਰੀ ਦਾ ਮੁੱਦਾ ਗੰਭੀਰ ਬਣ ਗਿਆ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਕਮਰ ਕਸਦੀ ਹੋਈ ਦਿਖਾਈ ਦੇ ਰਹੀ ਹੈ। ਇਹਨਾਂ ਸਭ ਸੰਬੰਧੀ ਗੰਭੀਰ ਮੁੱਦਿਆਂ ਤੇ ਸਾਡੀ ਮੀਡੀਆ ਟੀਮ ਨੇ ਜ਼ਿਲ੍ਹਾ ਕਪੂਰਥਲਾ ਦੇ ਪੁਲਿਸ ਮੁਖੀ SSP ਵਤਸਲਾ ਗੁਪਤਾ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਸੋ ਜਿੱਥੇ ਉਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ, ਕੀ ਕੁਛ ਕਿਹਾ, ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਪੁਲਿਸ ਪ੍ਰਸ਼ਾਸਨ ਵੱਲੋਂ ਅਸੀਂ ਦੋ ਤਰ੍ਹਾਂ ਦੀ ਅਪਰੋਚ ਲੈ ਕੇ ਚੱਲ ਰਹੇ ਹਾਂ। ਇੱਕ ਤਾਂ ਸਾਡੀ ਅਪਰੋਚ ਹੈ ਉਹਨਾਂ ਬੱਚਿਆਂ ਦੇ ਵਾਸਤੇ ਜਿਹੜੇ ਨਸ਼ੇ ਦੇ ਵਿੱਚ ਪੈ ਗਏ ਹੈ ਕਿਸੇ ਗਲਤ ਸੰਗਤੀ ਨਾਲ, ਸੋ ਹਨਾ ਅਸੀਂ ਉਹਨਾਂ ਦੇ ਵਾਸਤੇ ਤੋਂ ਅਸੀਂ ਉਹਨਾਂ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੀ ਪੇਰੈਂਟਸ ਹੈ ਜਿਨ੍ਹਾਂ ਦੇ ਬੱਚੇ ਗਲਤ ਸੰਗਤ 'ਤੇ ਪੈ ਕੇ ਨਸ਼ੇ ਦੇ ਆਲੇ ਤੁਹਾਡੇ ਹੋ ਗਏ ਹੈ, ਉਹ ਸਾਰੇ ਅਸੀਂ ਨਾ ਆਊਟ ਸੈਂਟਰ 'ਤੇ ਦਾਖਿਲ ਕਰਾਵਾਂਗੇ, ਪਲੱਸ ਅਸੀਂ ਉਹਨਾਂ ਦੀ ਕਾਊਂਸਲਿੰਗ ਵੀ ਕਰਾਵਾਂਗੇ। ਉਹ ਬੱਚਿਆਂ ਨੂੰ ਨਾ ਪੁਲਿਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਉਹ ਪੇਰੈਂਟਸ ਵੀ ਖੁੱਲ੍ਹ ਕੇ ਸਾਹਮਣੇ ਆਏ, ਸਾਡੇ ਕੋਲ ਆਏ, ਅਸੀਂ ਉਹ ਬੱਚਿਆਂ ਦੀ ਕਾਊਂਸਲਿੰਗ ਕਰਾਉਣਗੇ, ਉਹਨਾਂ ਨੂੰ ਡੀ-ਐਡਿਕਸ਼ਨ ਸੈਂਟਰ 'ਤੇ ਵੀ ਦਾਖਲ ਕਰਾਵਾਂਗੇ। ਰਹੀ ਬਾਤ ਇਹ ਜਿਹੜੇ ਦੂਜੇ ਬੰਦੇ ਹੈ ਜਿਹੜੇ ਨਾ ਬਹੁਤ ਸਾਲਾਂ ਤੋਂ ਨਸ਼ੇ ਨੂੰ ਵੇਚਣ ਦੀ ਔਰ ਸਰਾਜ ਜਿਹੜਾ ਸਮਾਜ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੂੰ ਇਹੀ ਮੈਸੇਜ ਹੈ ਕਿ ਉਹ ਇਹ ਧੰਦਾ ਛੱਡ ਕੇ ਕਿਸੇ ਹੋਰ ਵਧੀਆ ਕੰਮ ਪਾਸੇ ਲੱਗੇ, ਨਹੀਂ ਤਾਂ ਅਸੀਂ ਫਿਰ ਉਹਨਾਂ ਨੂੰ ਜਿਹੜਾ ਪੁਲਿਸ ਦੇ ਕੋਲ ਇਲਾਜ ਹੈਗਾ ਉਹਨੂੰ ਫੜ ਫੜ ਕੇ ਅਸੀਂ ਅੰਦਰ। ਮੈਡਮ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਤਾਂ ਕਹਿ ਲਓ ਕਿ ਆਪਣੀ ਕਾਰਵਾਈ ਕਰਦੀ ਹੈ ਨਸ਼ੇ ਦੇ ਖਿਲਾਫ਼, ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਕੁਛ ਕਾਲੀਏ ਕਹਿ ਲਓ ਕਿ ਹੁੰਦੇ ਆ ਕਿ ਭੇਡਾਂ ਦੇ ਨਾਮ ਦੇ ਸਕਦੇ ਕਿ ਜਿਹੜਾ ਕਿ ਕਿਤੇ ਨਾ ਕਿਤੇ ਰੁਕਾਵਟ ਪੈਦਾ ਕਰਦੀ ਹੈ ਮਹਿਮ ਨੂੰ ਲੈ ਕੇ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ, ਨਾ ਹਾਲੇ ਤੱਕ ਮੇਰੇ ਕੋਈ ਇੱਦਾਂ ਦੀ ਗੱਲ ਸਾਹਮਣੇ ਆਈ ਹੈ, ਔਰ ਇਹ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਚਾਹੇ ਉਹ ਜੋ ਵੀ ਹੋਵੇ ਨਸ਼ੇ ਦੀ ਜਿਹੜਾ ਬੰਦਾ ਵੀ ਸਿਫਾਰਿਸ਼ ਕਰੇਗਾ ਉਹਦੀ ਕੋਈ ਸੁਣਵਾਈ ਨਹੀਂ ਹੈ। ਮੈਡਮ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਿ ਸਲੰਮ ਏਰੀਆ ਨੂੰ ਲੈ ਕੇ ਤਾਂ ਜਿਹੜੇ ਕਿ ਪਿੰਡ ਕੁਛ ਹੈਗੇ ਨਸ਼ੇ ਨੂੰ ਲੈ ਕੇ, ਉਹ ਪਿੰਡਾਂ ਦੇ ਉੱਤੇ ਜਾਂ ਸਲੰਮ ਏਰੀਆ ਦੇ ਉੱਤੇ ਕਿੱਧਰ ਕਾਰਵਾਈ ਕੀਤੀ ਜਾਊਗੀ? ਜਿਹੜੇ ਡੈਡੀਕੇਟਡ ਹੈ, ਜਿਹੜੇ ਤੁਸੀਂ ਕਹਿ ਸਕਦੇ ਹੋ ਵਲਨਰੇਬਲ ਹੈਗੇ, ਹੈ ਨਾ, ਅਸੀਂ ਉਹਨਾਂ ਦੇ ਵਾਸਤੇ ਸਪੈਸ਼ਲ ਜਿਹੜਾ ਹੈਗੀ ਅਪਰੋਚ ਹੈਗੀ ਸਾਡੀ, ਉਹ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ। ਇਕਾਦ ਮੁਹੱਲੇ ਹੈ ਇੱਦਾਂ ਦੇ ਜਿੱਥੇ ਨਾ ਨਸ਼ਾ ਇਤਿਹਾਸਿਕ ਤੌਰ 'ਤੇ ਜ਼ਿਆਦਾ ਹੀ ਵਿਕਦਾ ਹੈਗਾ ਜਾਂ ਜ਼ਿਆਦਾ ਵਿਕਦਾ ਹੋਇਆ ਹੈ, ਜਿਹੜੀ ਇਨਫੋਰਮੇਸ਼ਨ ਮਿਲਦੀ ਹੈ, ਅਸੀਂ ਉਹਨਾਂ ਦੇ ਵਾਸਤੇ ਆਲਮੋਸਟ ਡੇਲੀ ਆਲਟਰਨੇਟ ਡੇਸ 'ਤੇ ਸਰਚ ਆਪਰੇਸ਼ਨ ਕਰ ਰਹੇ ਹੈਗੇ, ਔਰ ਆਏ ਹੋਪ ਆਗੇ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਨੂੰ ਦੇਖਣ ਮਿਲੂਗਾ ਕਿ ਅਸੀਂ ਬਹੁਤ ਜ਼ਿਆਦਾ ਸਟ੍ਰਿਕਟਲੀ ਇਹਨੂੰ ਲਾਗੂ ਕਰਾਂਗੇ। ਮੈਡਮ ਜੇ ਆਪਾਂ ਗੱਲ ਕਰੀਏ ਯੂਥ ਦੀ, ਯੂਥ ਵੀ ਕਈ ਬੱਚੇ ਕਹਿ ਲਓ ਕਿ ਕਿਤੇ ਨਾ ਕਿਤੇ ਇਸ ਮਹਿਮ ਦੇ ਵਿੱਚ ਨਸ਼ੇ ਦੀ ਮਹਿਮ ਦਲਦਲ ਦੇ ਵਿੱਚ ਫਸਦੇ ਪਏ ਆ, ਤਾਂ ਉਹਨਾਂ ਨੂੰ ਕੀ ਕਿਸ ਤਰੀਕੇ ਨਾਲ ਕੱਢੇ ਜਾਊਂਗੇ ਅਤੇ ਕਿਸ ਤਰੀਕੇ ਨਾਲ ਤੁਸੀਂ ਇੱਕ ਮੈਸੇਜ ਕਨਵੇ ਕਰਕੇ ਉਹਨਾਂ ਨੂੰ ਅਵੇਅਰਨੈਸ ਵੀ ਕਰੋਗੇ? ਯੂਥਸ ਸਾਡੇ ਸਮਾਜ ਦਾ ਸਭ ਤੋਂ ਇੰਪੋਰਟੈਂਟ ਹਿੱਸਾ ਹੈਗਾ, ਹੈ ਨਾ, ਅਸੀਂ ਮੈਂ ਇਹੀ ਸਾਰੇ ਯੂਥ ਨੂੰ ਮੇਰੀ ਇਹੀ ਰਿਕੁਐਸਟ ਹੈਗੀ ਔਰ ਇੱਕ ਸੁਨੇਹਾ ਵੀ ਹੈ ਕਿ ਜੋ ਮੈਨੂੰ ਤੁਸੀਂ ਆਪਣੀ ਨਾ ਵੱਡੀ ਬਹਿਣੀ ਸਮਝੋ, ਹੈ ਨਾ, ਅਸੀਂ ਤੁਹਾਨੂੰ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਬੇਟਾ ਤੁਸੀਂ ਨਸ਼ਾ ਛੱਡ ਦਿਓ, ਹੈ ਨਾ, ਇਹ ਤੁਹਾਨੂੰ ਕਿਸੇ ਪਾਸੇ ਨਹੀਂ ਲਾਊਗਾ, ਤੁਹਾਡੀ ਜਿਹੜੇ ਸੁਪਨੇ ਤੁਹਾਡੇ ਮਾਂ ਬਾਪ ਦੇ ਜਿਹੜੇ ਸੁਪਨੇ ਹੈ, ਜੋ ਵੀ ਤੁਸੀਂ ਅੱਜ ਤੱਕ ਸੋਚਿਆ ਹੈ, ਤੁਸੀਂ ਬਣਨਾ ਚਾਹੁੰਦੇ ਹੋ ਸਮਾਜ ਦੇ ਵਿੱਚ, ਉਹ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਗਾ, ਇਸ ਕਰਕੇ ਤੁਸੀਂ ਨਸ਼ਾ ਛੱਡ ਕੇ ਸਾਡੇ ਨਾਲ ਆਓ, ਸਾਡੀ ਮਦਦ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਹਾਨੂੰ ਹੋਰ ਸੈਂਟਰ 'ਤੇ ਵੀ ਦਾਖਲ ਕਰਾਵਾਂਗੇ, ਤੁਹਾਡਾ ਇਲਾਜ ਕਰਾਵਾਂਗੇ, ਤੁਹਾਨੂੰ ਕੌਂਸਲ ਵੀ ਕਰਾਂਗੇ, ਸੋ ਅਸੀਂ ਇਹੀ ਬੇਨਤੀ ਕਰ ਸਕਦੇ ਹਾਂ ਕਿ ਤੁਸੀਂ ਨਸ਼ਾ ਛੱਡੋ ਔਰ ਕਿਸੇ ਚੰਗੀ ਸਪੋਰਟਸ ਐਕਟੀਵਿਟੀ ਕਰੋ, ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੋ ਦਿਨ ਪਹਿਲੇ ਵੀ ਮੈਂ LPU ਮੈਂ ਮੈਚ ਕਰਾਇਆ ਹਾਕੀ ਦਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਤੇ ਵੀ ਕਪੂਰਥਲਾ ਦੇ ਵਿੱਚ ਵੱਖ ਵੱਖ ਮੈਚ ਕਰਾਵਾਂ, ਤਾਂ ਕਿ ਜਿੰਨੇ ਵੀ ਯੂਥ ਹੈ ਉਹ ਸ਼ਾਮ ਨੂੰ ਨਸ਼ਾ ਵੇਚਣ ਤੋਂ ਔਰ ਜੋ ਖਾਣ ਤੋਂ ਹਟ ਜਾਵੇ ਔਰ ਸਪੋਰਟਸ ਪਾਸੇ ਲੱਗ ਜਾਵੇ। ਤੁਸੀਂ ਵੀ ਇੱਕ ਕਹਿ ਲਓ ਕਿ ਵੋਮੈਨ ਹੈ, ਤਾਂ ਜਿਹੜੇ ਕਿ ਵੋਮੈਨ ਅਫਸਰ ਜਿੰਨੇ ਵੀ ਹੈਗੇ ਅਹੁਦੇ 'ਤੇ, ਵੱਡੇ ਵੱਡੇ ਅਹੁਦੇ 'ਤੇ ਬੈਠੇ ਆ,
ਤਾਂ ਹੁਣ ਦੇਖਣ ਨੂੰ ਆਉਂਦਾ ਕਿ ਜ਼ਿਆਦਾਤਰ ਲੇਡੀਜ਼ ਵੀ ਕਿ ਨਸ਼ੇ ਵੱਲ ਬਹੁਤ ਜ਼ਿਆਦਾ ਇਨਵੋਲਵ ਹੋ ਰਹੀ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਮਤਲਬ ਕਿ ਕੀਤਾ ਜਾਊਗਾ ਅਵੇਅਰਨੈਸ? ਮੇਰੀ ਜਿੰਨੇ ਵੀ ਲੇਡੀਜ਼ ਹੈ, ਜਿੰਨੇ ਜੋ ਵੀ ਇਸ ਪਾਸੇ ਲੱਗ ਚੁੱਕੇ ਹੈ ਜਾਂ ਵੇਚਣ ਜਾਂ ਕੁਰੀਅਰ ਵਾਸਤੇ ਜੋ ਮਦਦ ਕਰਦੇ ਆ, ਉਹਨਾਂ ਨੂੰ ਇਹੀ ਸਲਾਹ ਹੈ ਕਿ ਦੇਖੋ ਜੋ ਜਿਹੜੀ ਲੇਡੀ ਦਾ ਅਹੁਦਾ ਹੈ ਸਮਾਜ ਦੇ ਵਿੱਚ ਉਹ ਨਰਚਰਡ ਦਾ ਹੈ। ਲੇਡੀ ਨਾ ਹਮੇਸ਼ਾ ਜਿਹੜਾ ਉਹਦਾ ਕੁਨਬਾ ਹੈ ਜਾਂ ਟੱਬਰ ਹੈ ਉਹਨੂੰ ਸੰਵਾਰਦੀ ਹੈ, ਤੋ ਅਸੀਂ ਇਸ ਕੰਮ ਤੋਂ ਹਟੀਏ ਔਰ ਜਿਹੜਾ ਟੱਬਰ ਹੈ ਉਹ ਆਪਣਾ ਆਪਣਾ ਸੰਭਾਲੋ ਔਰ ਤੁਸੀਂ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਹੈ ਕਿ ਤੁਸੀਂ ਗਲਤ ਕੰਮ ਕਰੋਗੇ ਤੁਹਾਡੇ ਟੱਬਰ ਦਾ ਤਾਂ ਕੁਛ ਵਸੀ ਨਹੀਂ।